ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਐਂਡ ਐਕਟਰ ਨਿੰਜਾ ਦੀ ਜੋ ਕਿ ਆਪਣੇ ਗਾਣਿਆਂ ਦੇ ਨਾਲ ਆਡੀਅੰਸ ਨੂੰ ਇੰਟਰਟੇਨ ਕਰਨ 'ਚ ਕੋਈ ਕਸਰ ਨਹੀਂ ਛੱਡਦੇ ਅਤੇ ਹੁਣ ਨਿੰਜਾ ਫਿਰ ਤੋਂ ਲੋਕਾਂ ਨੂੰ ਇੰਟਰਟੇਨ ਕਰਨ ਵਾਸਤੇ ਤਿਆਰ ਨੇ ਉਹ ਵੀ ਆਪਣੇ ਨਵੀਂ ਮੂਵੀ ਦੂਰਬੀਨ ਦੇ ਨਾਲ ਦੂਰਬੀਨ ਮੂਵੀ ਦਾ ਸ਼ੂਟ ਸਟਾਰਟ ਹੋ ਚੁੱਕਿਆ ਹੈ ਇਸ ਦੀ ਜਾਣਕਾਰੀ ਨਿੰਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਕੇ ਦਿੱਤੀ ਦੂਰਬੀਨ ਮੂਵੀ ਦੇ ਵਿੱਚ ਨਿੰਜਾ ਦਾ ਸਾਥ ਨਿਭਾਉਣ ਆ ਰਹੇ ਨੇ ਪੰਜਾਬੀ ਸਿੰਗਰ ਜਸ ਬਾਜਵਾ ਜਸ ਬਾਜਵਾ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ਕਿ ਲਓ ਜੀ ਲੈ ਕੇ ਆ ਰਹੇ ਹਾਂ ਬਹੁਤ ਘੈਂਟ ਮੂਵੀ ਦੂਰਬੀਨ ਰਿਲੀਜ਼ਿੰਗ ਡੇਟ 17 ਮਈ ਇਹ ਪ੍ਰੋਮਿਸ ਹੈ ਤੁਹਾਡੇ ਨਾਲ ਕਿ ਫਿਲਮ ਤੁਹਾਨੂੰ ਬਹੁਤ ਘੈਂਟ ਲੱਗਣੀ ਬਸ ਤੁਸੀਂ ਸਾਥ ਬਣਾਈ ਰੱਖਿਓ ਨਿੰਜਾ ਅਤੇ ਜਸ ਬਾਜਵਾ ਦੇ ਨਾਲ ਇਸ ਮੂਵੀ ਦੇ ਵਿੱਚ ਵਾਮਿਕਾ ਗੱਬੀ ਦਿਖਾਈ ਦੇਣਗੇ ਅਤੇ ਇਸ ਦੇ ਨਾਲ ਹੀ ਦਰਸ਼ਕਾਂ ਲਈ ਸਰਪ੍ਰਾਈਜ਼ ਵੀ ਹੈ ਉਹ ਸਰਪ੍ਰਾਈਜ਼ ਇਹ ਹੈ ਕਿ ਯਾਰ ਜਿਗਰੀ ਕਸੂਤੀ ਡਿਗਰੀ ਤੋਂ ਲਾਈਮਲਾਈਟ 'ਚ ਆਈ ਐਕਟਰੈਸ ਜੈਸਮਿਨ ਬਾਜਵਾ ਦੂਰਬੀਨ ਮੂਵੀ ਦੇ ਨਾਲ ਵੱਡੇ ਪਰਦੇ 'ਤੇ ਡੈਬਿਊ ਕਰਨਗੇ ਜੈਸਮਿਨ ਬਾਜਵਾ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਲਿਖਿਆ ਕਿ ਸਟੈਪਿੰਗ ਇੰਟੂ ਦੀ ਫਿਲਮ ਇੰਡਸਟਰੀ ਵਿਦ ਸੱਚ ਏ ਗ੍ਰੇਟ ਪ੍ਰੋਜੈਕਟ ਫੀਲਜ਼ ਅਮੇਜ਼ਿੰਗ ਇੱਕ ਬਹੁਤ ਹੀ ਵਧੀਆ ਕਹਾਣੀ ਲੈ ਕੇ ਆ ਰਹੇ ਨੇ ਆਜ਼ਾਦ ਪਰਿੰਦਾ ਫਿਲਮਜ਼ ਜੇ ਅਸੀਂ ਗੱਲ ਕਰੀਏ ਡਾਇਰੈਕਸ਼ਨ ਦੀ ਤਾਂ ਦੂਰਬੀਨ ਮੂਵੀ ਨੂੰ ਡਾਇਰੈਕਟ ਕੀਤਾ ਹੈ ਇਸ਼ਾਨ ਚੋਪੜਾ ਨੇ ਅਤੇ ਪ੍ਰੋਡਿਊਸ ਕੀਤਾ ਹੈ ਸੁਖਰਾਜ ਰੰਧਾਵਾ ਨੇ ਇਸ ਮੂਵੀ ਦੀ ਕਹਾਣੀ ਸੁਖਰਾਜ ਸਿੰਘ ਵੱਲੋਂ ਲਿਖੀ ਗਈ ਹੈ ਦੂਰਬੀਨ ਮੂਵੀ 17 ਮਈ 2019 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੂਵੀ ਪੰਜਾਬੀ ਆਡੀਅੰਸ ਨੂੰ ਪਸੰਦ ਆਏਗੀ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਵਾਸਤੇ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਪ੍ਰੈੱਸ ਕਰੋ